ਸਤਿ ਸ਼੍ਰੀ ਅਕਾਲ ਜੀ ਸਿੱਧੂ ਮੂਸੇਵਾਲੇ ਦੀ ਮੌਤ ਤੇ ਪੰਜਾਬ ਦਾ ਹਰ ਪਰਿਵਾਰ ਸੋਗ ਵਿੱਚ ਹੈ ਪਾਰਟੀਬਾਜ਼ੀ ਤੋਂ ਉੱਠ ਕੇ ਹਰ ਪਰਿਵਾਰ ਦੇ ਵਿੱਚ ਇੱਕ ਵੱਡੀ ਦੁੱਖ ਦੀ ਲਹਿਰ ਹੈ ਕਿਸੇ ਨੂੰ ਸਿੱਧੂ ਮੂਸੇਵਾਲੇ ਦੇ ਵਿੱਚ ਆਪਣਾ ਪੁੱਤ ਦਿਖਦਾ ਸੀ ਕਿਸੇ ਨੂੰ ਭਰਾ ਦਿਖਦਾ ਸੀ ਤੇ ਕਿਸੇ ਨੂੰ ਇੱਕ ਦੋਸਤ ਦਿਖਦਾ ਸੀਗਾ ਸੋ ਪਾਰਟੀਬਾਜ਼ੀ ਤੋਂ ਉੱਠ ਕੇ ਹਰ ਪੰਜਾਬ ਦਾ ਅੱਜ ਬੱਚਾ ਹਰ ਭੈਣ ਹਰ ਮਾਂ ਹਰ ਭਰਾ ਪਿਓ ਰੋਇਆ ਹੈ ਪਰ ਕਾਂਗਰਸ ਪਾਰਟੀ ਜਿਸ ਦਾ ਕਿ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਨ ਦਾ ਇੱਕ ਲੰਬਾ ਇਤਿਹਾਸ ਹੈ ਔਰ ਅੱਜ ਵੀ ਆਪਣੇ ਇਤਿਹਾਸ ਨੂੰ ਦੁਹਰਾਉਂਦਿਆਂ ਅੱਜ ਸਿੱਧੂ ਮੂਸੇਵਾਲੇ ਦੀ ਲਾਸ਼ ਦੇ ਉੱਤੇ ਵੀ ਉਹ ਰਾਜਨੀਤੀ ਕਰ ਰਹੇ ਨੇ ਭਗਵੰਤ ਸਿੰਘ ਮਾਨ ਹੁਣੀ ਸਾਡੇ ਮੁੱਖ ਮੰਤਰੀ ਆਪਣਾ ਫਰਜ਼ ਨਿਭਾਉਂਦਿਆਂ ਅੱਜ ਪਿੰਡ ਮੂਸੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਜਾਣ ਵਾਲੇ ਸੀ ਔਰ ਉਸ ਤੋਂ ਪਹਿਲਾਂ ਕਾਂਗਰਸ ਦੇ ਐਕਸ MLA ਨੇ ਉੱਥੇ ਜਾ ਕੇ ਜਿਹੜਾ ਵੱਡਾ ਉੱਥੇ ਬਵਾਲ ਖੜਾ ਕੀਤਾ ਹੈ ਇਹ ਇਸ ਚੀਜ਼ ਦਾ ਇੱਕ ਵੱਡਾ ਗਵਾਹ ਹੈ ਕਿ ਕਾਂਗਰਸ ਫਿਰ ਤੋਂ ਲਾਸ਼ਾਂ ਦੀ ਰਾਜਨੀਤੀ ਕਰ ਰਹੀ ਹੈ ਸੋ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਸਭ ਇਹ ਚੰਗੀ ਤਰ੍ਹਾਂ ਦੇਖ ਰਹੇ ਹੋ ਅਤੇ ਇਹਨੂੰ ਦੇਖ ਕੇ ਪਛਾਣੋ ਔਰ ਉੱਥੇ ਹੀ ਨਾਲ ਅਸੀਂ ਕਾਂਗਰਸ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਲਾਸ਼ਾਂ ਦੀ ਰਾਜਨੀਤੀ ਬੰਦ ਕਰੋ ਅਤੇ ਹੋਸ਼ ਵਿੱਚ ਆਓ